ਇਸੇ ਜਾਂ ਅਲੱਗ-ਅਲੱਗ ਪੋਲਿਟਿਕਲ ਪਾਰਟੀਆਂ ਦੀਆਂ ਲਗੀਆਂ ਨੇ ਤੇ ਉਹ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਚਰਨਾ ਤੇ ਹਾਜ਼ਰੀ ਦਾ ਸਵਾਲ ਪੈਦਾ ਬਤਾ ਹੀ ਨਹੀਂ ਤੇ ਜਿਹੜੇ ਜਾਣ ਕੇ ਕਰਤਾਰਪੁਰ ਸਾਹਿਬ ਪੈਦਲ ਨੰਗੇ ਪੈਰ ਜਾਂ ਗੱਡੀਆਂ 'ਚ ਬਗੈਰ ਕਿਸੇ ਰਾਜਨੀਤੀ ਤੋਂ ਅਸਲੀ ਸਰਦਾਰ ਨੂੰ ਅਸਲੀ ਹਾਜ਼ਰੀ ਤਾਂ ਉਹਨਾਂ ਦੀ ਲੱਗਣੀ ਹੈ ਤਾਂ ਗਰੰਟੀ ਹੈ ਜਦੋਂ ਕਿਸੇ ਨੇ ਗੱਲ ਕਹਿ ਦਿੱਤੀ ਪੱਕੀ ਗਰੰਟੀ ਵੀ ਇਹ ਤਾਂ ਮੈਂ ਕੋਸ਼ਿਸ਼ ਕੀਤੀ ਸੀ ਸਮਝੋ ਪੂਰਾ ਸਾਰਾ ਜਿੰਨਾ ਮੀਸ਼ੀਰ ਰਹੰਕਾਰ ਕੋਠੀ ਟੁੱਟ ਗਿਆ ਮੈਂ ਸਮਝਾ ਫਿਰ ਕੋਈ ਹਾਜ਼ਰੀ ਨਹੀਂ ਕੋਈ ਸਰਧਾਂਜਲੀ ਨਹੀਂ ਮੇਰੀ ਕਰਾਉਣਾ ਪੈਸ ਆਪਣੇ ਚਾਲਨ ਤੇ ਬੁਲਾ ਲਓ ਲਿਆਓ ਪੰਨੂ ਨੂੰ ਅੰਦਰੋਂ ਮੈਂ ਦੱਸਾ ਚਨੇ ਤੇ ਮਾਵਾ ਪੰਨੂ ਦੇ ਹੈ ਕੀ ਚੀਜ਼ ਆ ਪੰਨੂ 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 2020 2020 ਕਿਹੜਾ 2020 ਹਿੰਦੁਸਤਾਨ ਅੱਜ ਦਾ ਹਿੰਦੁਸਤਾਨ ਕੱਲ ਦਾ ਹਿੰਦੁਸਤਾਨ ਨਹੀਂ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਰਪਿਤ ਆਗਮਨਪੁਰਾ ਨੂੰ ਸਮਰਪਿਤ 550 ਸਾਲਾ ਸਤਿਵੀਆਂ ਨੂੰ ਲੈ ਕੇ ਲਗਾਤਾਰ ਸਮਾਗਮਾਂ ਨੂੰ ਦੇ ਤਿਆਰੀਆਂ ਚੱਲ ਰਹੀਆਂ ਤੇ 1 ਨਵੰਬਰ ਤੋਂ ਸਮਾਗਮ ਸ਼ੁਰੂ ਹੋ ਚੁੱਕੇ ਕਰਤਾਰਪੁਰ ਕੋਰੀਡੋਰ ਵੀ ਜਿਹੜਾ ਲਾਂਘਾ ਹੈਗਾ ਪਾਕਿਸਤਾਨ ਨੂੰ ਜਾਣ ਵਾਸਤੇ ਉਹ ਖੁੱਲਣ ਜਾ ਰਿਹਾ ਸਾਡੇ ਨਾਲ ਮੌਜੂਦ ਨੇ ਮਨਿੰਦਰਜੀਤ ਸਿੰਘ ਬਟਾਈ ਬਟਾਈ ਲਾਂਘਾ ਖੁੱਲ ਰਿਹਾ ਹੈ ਕੀ ਕਹਿਣਾ ਚਾਹੋਗੇ ਇੱਕ ਵੱਡਾ ਜਿਹੜਾ ਹੈਗਾ ਇਸ ਨੂੰ ਮੰਨਿਆ ਜਾਂਦਾ ਦਿਹਾੜਾ ਇਹ ਗੱਲ ਜਿਹੜੀ ਹੈ ਇਹ ਤਾਂ ਮੈਂ ਸਮਝਦਾ ਲਾਂਘਾ ਜਿਹੜਾ ਸਾਨੂੰ ਗੁਰੂ ਮਹਾਰਾਜ ਦੇ ਚਰਨਾਂ 'ਚ ਜਾਣਤੇ ਪੂਰੀ ਦੁਨੀਆ ਦੀ ਸਿੱਖ ਸੰਗਤ ਨੂੰ Hindu, Musalman, Sikh, Isai ਕਿਉਂਕਿ ਤਨਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਤਾਂ ਹਰ ਕੌਮ ਹਰ ਧਰਮ ਦਾ ਹਰ ਵਿਅਕਤੀ ਪੂਰੇ ਸਿੱਖ ਧਰਮ ਦੇ ਕਿ ਮੈਂ ਕਹਿੰਨਾ ਹਰ ਧਰਮ ਕੌਮ ਦਾ ਵਿਅਕਤੀ ਜਿਹੜਾ ਸਾਡੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਹਰਮਨਦਰ ਸਾਹਿਬ ਗੁਰੂ ਰਾਮਦਾਸ ਜੀ ਉਹਨਾਂ ਦੇ ਨਮਸਤਕ ਕਰਦਾ ਤੁਸੀਂ ਦੇਖ ਲਓ ਰੋਜ਼ ਤੁਸੀਂ ਦੇਖਦੇ ਹੋ ਕੱਲੀ ਮੇਰੇ ਮੈਂ ਛੋਟੀ ਜੀ ਗੱਲ ਦੱਸਣਾ ਕੱਲ ਰਾਇਮੰਡ ਦੇ ਮਾਲਕ ਸੰਘਾਨੀਆਂ ਜੀ ਗੌਤਮ ਸੰਘਾਨੀਆਂ ਜੀ ਮੈਂ ਉਹਨਾਂ ਲਈ ਜਾ ਰਿਹਾ ਅੰਮ੍ਰਿਤਸਰ ਉਹ ਅੰਮ੍ਰਿਤਸਰ ਮੱਥਾ ਟੇਕਣ ਆ ਰਹੇ ਨੇ ਆਹ ਪਲੇਨ 'ਚ ਉਹਨਾਂ ਨੇ ਉਤਰਨਾ ਹੈ ਗੁਰੂ ਮਹਾਰਾਜ ਦੇ ਹਰਮਨਦਰ ਸਾਹਿਬ ਮੱਥਾ ਟੇਕਣਾ ਹੈ ਤੇ ਮਠਾ ਢੇਕੇ ਫਲਾਈਟ ਫੜ ਕੇ ਚਲੇ ਜਾਣਾ ਸ਼ਰਦਾ ਦੇਖੋ ਧਰਮ ਅਲੱਗ-ਅਲੱਗ ਨੇ ਪਰ ਸਾਡੇ ਗੁਰੂ ਗੁਰੂਆਂ ਦੇ ਇਤਿਹਾਸ ਨੂੰ ਹਰ ਕੋਈ ਮੰਨਦਾ ਮੈਂ ਦੇਖੋ ਇਹ ਬਹੁਤ ਹੀ ਸਾਡੇ ਲਈ ਕੌਮ ਲਈ ਸਾਡੇ ਸਾਰੇ ਧਰਮਾਂ ਲਈ ਬੜੀ ਸਤਿਕਾਰ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਿਰਪਾ ਦੇ ਨਾਲ ਹੀ ਰਸਤਾ ਮਿਲਿਆ ਇਹਨੂੰ ਕਹਾਂ ਜੀ ਮੈਂ ਰਸਤਾ ਖੋਲਿਆ ਇਹਨੂੰ ਕਹਾਂ ਜੀ ਸੈਂਟਰ ਗਵਰਨਮੈਂਟ ਨੇ ਰਸਤਾ ਖੋਲਿਆ ਇਹਨੂੰ ਕਹਾਂ ਜੀ ਨਵਜੋਤ ਸਿੰਘ ਸਿੱਧੂ ਨੇ ਖੋਲੇ ਇਹਨੂੰ ਕਹਾਂ ਜੀ ਕੈਪਟਨ ਨਹੀਂ ਕਿਰਪਾ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਨਾ ਹੁੰਦੀ ਵੀ ਮੇਰਾ 550 ਸਾਲ 50 ਹਾਂ 50 ਸਾਲ ਦਿਹਾੜਾ ਆਇਆ ਤੇ ਆਓ ਮੇਰੇ ਆ ਕੇ ਚਰਣਾ ਚ ਦਰਸ਼ਨ ਕਰੋ ਤੇ ਮੈਂ ਸਮਝਦਾ ਬਹੁਤ ਸਾਡੇ ਲਈ ਖੁਸ਼ੀ ਦੀ ਗੱਲ ਹੈ ਗੁਰੂ ਨਾਨਕ ਦੇਵ ਜੀ ਬਲੋ ਸਾਂਝੀ ਵਾਰਤਾ ਦਾ ਸੰਦੇਸ਼ ਦਿੱਤਾ ਗਿਆ ਸੀਗਾ ਤੇ 550 ਸਾਲਾ ਸਤਾਵੀਆਂ ਮਨਾਈਆਂ ਜਾ ਰਹੀਆਂ ਕੀ ਕਹਿਣਾ ਚਾਹੋਗੇ ਪਰ ਜਿਹੜਾ ਉੱਥੇ ਸਮਾਗਮ ਹੋ ਰਿਹਾ ਵੱਖ-ਵੱਖ ਸਮਾਗਮ ਹੋ ਰਿਹਾ ਸਟੇਜਾਂ ਅਲੱਗ-ਅਲੱਗ ਲੱਗ ਰਹੀਆਂ ਇਹ ਜੋ ਉਹਨਾਂ ਦਾ ਸੰਦੇਸ਼ ਸੀਗਾ ਉਹਦੇ ਤੇ ਇਨ ਬੀਨ ਲਾਗੂ ਨਹੀਂ ਕਰ ਰਹੇ ਜਿਹੜੀ ਸਰਕਾਰਾਂ ਬਿਲਕੁਲ ਇੱਕ ਗੱਲ ਮੇਰੀ ਬਿਲਕੁਲ ਸਮਝ ਲੈਣਾ ਨੰਨਦਪੁਰ ਸਾਹਿਬ ਵੀ ਸਟੇਜਾਂ ਅਲੱਗ-ਅਲੱਗ ਲੱਗਦੀਆਂ। ਈਸੜੂ ਦੇ ਮੇਲੇ ਤੇ ਵੀ ਸਟੇਜਾਂ ਅਲੱਗ-ਅਲੱਗ ਲੱਗਦੀਆਂ। ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਵੀ ਸਟੇਜਾਂ ਅਲੱਗ-ਅਲੱਗ ਲੱਗਦੀਆਂ। ਦਮਦਮਾ ਸਾਹਿਬ ਵੀ ਸਟੇਜਾਂ ਸਾਡੀਆਂ ਅਲੱਗ-ਅਲੱਗ ਲੱਗਦੀਆਂ। ਪਰ ਅਲੱਗ-ਅਲੱਗ ਸਟੇਜਾਂ ਦੇ ਪੁਰਾਣੇ ਇਤਿਹਾਸ ਨੂੰ ਜਰਾ ਖੋਲ ਕੇ ਦੇਖੀਏ ਕਿ ਅਸੀਂ ਗੁਰੂ ਮਹਾਰਾਜ ਨੂੰ ਉੱਥੇ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਹਾਂ। ਕਿ ਆਪਾਂ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਨੂੰ ਯਾਦ ਕਰਦੇ ਹਾਂ ਜਾਂ ਰਾਜਗੁਰੂ ਸੁਖਦੇਵ ਨੂੰ ਯਾਦ ਕਰਦੇ ਹਾਂ। ਦਾ ਆਨੰਦਪੁਰ ਸਾਹਿਬ ਉਹਲੇ ਮੱਲੇ ਤੇ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਹਨ ਉਹਨਾਂ ਦੀਆਂ ਕੁਰਬਾਨੀਆਂ ਤੇ ਇਤਿਹਾਸ ਉਹਨਾਂ ਦੀਆਂ ਸ਼ਹਾਦਤਾਂ ਦਾ ਉਹਨਾਂ ਦੇ ਸਾਹਿਬਜ਼ਾਦੇ ਤੇ ਇਤਿਹਾਸਾਂ ਨੂੰ ਜੋ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਦੇ ਇਤਿਹਾਸਾਂ ਨੂੰ ਯਾਦ ਕਰਦੇ ਹਨ ਉੱਥੇ ਅਸੀਂ ਪੋਲਿਟੀਕਲ ਪਾਰਟੀਆਂ ਦੇ ਲੋਕ ਇੱਕ ਦੂਜੇ ਨੂੰ ਮਾੜਾ ਸ਼ਬਦ ਕਹਿਣ ਤੋਂ ਨਹੀਂ ਹਟਦੇ ਮੈਂ ਉਹਦੇ ਵਿੱਚ ਸ਼ਾਮਲ ਰਿਹਾ ਮੈਂ ਉਹਦੇ ਵਿੱਚ ਸਭ ਕੁਝ ਦੇਖਿਆ ਮੈਂ ਸਟੇਜ 'ਤੇ ਬੈੰਦਾ ਸੀ ਮੈਂ ਸੋਚਦਾ ਸੀ ਵੀ ਅਸੀਂ ਇੱਥੇ ਕਰਨ ਕੀ ਆਉਨੇ ਅਸੀਂ ਇੱਥੇ ਗੁਰੂ ਮਹਾਰਾਜ ਦੇ ਚਰਨਾਚਾ ਕੇ ਜਾਂ ਭਗਤ ਸਿੰਘ ਦੇ ਕੋਲ ਆ ਕੇ ਅਸੀਂ ਰਾਜਨੀਤੀ ਕਰਦੇ ਆ ਇੱਕ ਗੱਲ ਤਾਂ ਕਨਫਰਮ ਹੈ ਇਹ ਤੋਂ ਮੇਰੀ ਜ਼ਿੰਦਗੀ ਦਾ ਰਾਜਨੀਤੀ ਦਾ ਬਚਪਨ ਤੋਂ ਲੈ ਕੇ ਹੁਣ ਤੱਕ ਅਨੁਭਵ ਹੈ ਇਹ ਸਟੇਜਾਂ ਅਲੱਗ-ਅਲੱਗ ਪੋਲਿਟੀਕਲ ਪਾਰਟੀਆਂ ਦੀਆਂ ਲੱਗੀਆਂ ਨੇ ਤੇ ਉਹ ਗੁਰੂ ਸੱਚੇ ਪਾਤਸ਼ਾਹ ਮਹਾਰਾਜੇ ਗੁਰੂ ਨਾਨਕ ਦੇਵ ਜੀ ਮਹਾਰਾਜੇ ਚਰਨਾਚਾ ਹਾਜ਼ਰੀ ਦਾ ਸਵਾਲ ਪੈਦਾ ਹੁੰਦਾ ਹੀ ਨਹੀਂ ਹਾਜ਼ਰੀ ਤਾਂ ਉਸ ਇਨਸਾਨ ਦੀ ਲੱਗੇਗੀ Hindu ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਇਸਾਈ ਹੋਵੇ ਜਿਹੜਾ ਤੜਕੇ 5 ਵਜੇ ਨੰਗੇ ਪੈਰ ਅੱਜ ਵੀ ਹਰਮੰਦਰ ਸਾਹਿਬ ਦਰਸ਼ਨ ਕਰਨ ਜਾਂਦੇ ਨੇ ਅੱਜ ਵੀ ਬੰਗਲਾ ਸਾਹਿਬ ਜਾਂਦੇ ਨੇ ਅੱਜ ਵੀ ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜਾਂਦੇ ਨੇ ਤੇ ਜਿਹੜੇ ਜਾਣਗੇ ਕਰਤਾਰਪੁਰ ਸਾਹਿਬ ਪੈਦਲ ਨੰਗੇ ਪੈਰ ਜਾਂ ਗੱਡੀਆਂ 'ਚ ਬਗੈਰ ਕਿਸੇ ਰਾਜਨੀਤੀ ਤੋਂ ਅਸਲੀ ਸਰਦਾਰੂ ਅਸਲੀ ਹਾਜ਼ਰੀ ਤਾਂ ਉਹਨਾਂ ਦੀ ਲੱਗਣੀ ਹੈ ਤਾਂ ਗਰੰਟੀ ਹੈ ਸੱਚੇ ਪਾਤਸ਼ਾਹ ਦੀ ਕਸਮ ਖਾ ਕੇ ਕਹਿੰਦਾ ਗਰੰਟੀ ਹੈ ਮੇਰਾ ਜ਼ਿੰਦਗੀ ਦਾ ਅਨੁਭਵ ਹੈ ਜਿੱਥੇ ਸਟੇਜ ਲੱਗੀ ਉੱਥੇ ਰਾਜਨੀਤੀ ਦੀਆਂ ਪੰਬੀਰੀਆਂ ਘੁੰਮੜੀਆਂ ਸ਼ੁਰੂ ਹੋ ਜਾਂਦੀਆਂ ਇਹ ਮੇਰਾ ਅਨੁਭਵ ਹੈ ਬਾਕੀ ਕਿਸੇ ਨੂੰ ਬੁਰਾ ਲੱਗਦਾ ਲੱਗੇ ਇਹ ਮੇਰਾ ਅਨੁਭਵ ਹੈ ਨਵਜੋਤ ਸਿੰਘ ਸਿੱਧੂ ਨੂੰ ਨਿਯੋਤਾ ਆਇਆ ਵਾ ਪਾਕਿਸਤਾਨ ਵੱਲੋਂ ਜਿਹੜੇ ਉੱਥੇ ਆਫੀਸ਼ੀਅਲ ਪ੍ਰੋਗਰਾਮ ਹੋ ਰਿਹਾ ਲਾਂਘੇ ਨੂੰ ਲੈ ਕੇ ਕੀ ਕਹਿਣਾ ਚਾਹੂੰਗਾ ਨਵਜੋਤ ਸਿੰਘ ਸਿੱਧੂ ਇੱਕ ਵਾਰੀ ਪਹਿਲਾਂ ਵੀ ਜਦੋਂ ਗਏ ਸੀ ਕਾਫੀ ਵਿਵਾਦ ਹੋਏ ਸੀਗੇ ਇਸ ਤਮੇ ਜਿਹੜਾ ਪਾਕਿਸਤਾਨ ਨਿਯੋਤਾ ਹੈ ਉਹਨਾਂ ਨੂੰ ਕਰਤਾਰਪੁਰ ਲਾਂਘਾ ਤਾਂ ਜਾਣਾ ਚਾਹੀਦਾ ਜਿਹੜਾ ਨਿਯੋਤੇ ਦੇ ਉੱਤੇ ਉੱਥੇ ਪਾਕਿਸਤਾਨ ਦੇ ਜਾਣਾ ਚਾਹੀਦਾ ਕਿ ਨਹੀਂ ਕੋਈ ਗੱਲ ਲੈ ਵੀ ਉਹਨਾਂ ਦੇ ਆਪਣੇ ਵਿਚਾਰ ਨੇ ਠੀਕ ਹੈ ਨਾ ਕਰਤਾਰਪੁਰ ਸਾ ਜਾਓ ਸੰਗਤ ਦੇ ਵਿੱਚ ਜਾਓ ਪੈਦਲ ਜਾਓ ਮੱਥਾ ਟੇਕੋ ਮੈਂ ਵੀ ਜਾ ਸਕਦਾ ਜਾਓ ਮੱਥਾ ਟੇਕੋ ਆ ਪਾਕਿਸਤਾਨ ਤੋਂ ਨਹੀਂ ਉਤਾ ਹਣਾ ਇਹ ਸਵਕਾਰ ਕਰਨਾ ਨਹੀਂ ਕਰਨਾ ਇਹ ਉਹਨਾਂ ਦਾ ਕੰਮ ਹੈ ਅੱਗੇ ਜੱਫੀ ਪਾਈ ਸੀ ਬਾਜਵੇਂ ਨੂੰ ਕੀ ਹੋਇਆ ਭਾਰਤ ਮਾਂ ਬੜੀ ਵੱਡੀ ਐ ਭਾਰਤ ਮਾਂ ਫਿਰ ਛੱਡਦੀ ਨਹੀਂ ਜੇ ਤੁਸੀਂ ਧੋਖਾ ਆਪਣੇ ਦੇਸ਼ ਨਾਲ ਕਰੋਗੇ ਤੇ ਥੋੜਾ ਕੋਈ ਉਹਨੂੰ ਮਾਫ਼ ਕਰਦਾ ਗੁਰੂ ਮਹਾਰਾਜ ਜੀ ਚਰਨਾ ਚ ਜਾਣਾ ਨਾ ਕੋਣ ਮਨਾ ਕਰਦਾ ਜਾਓ ਪਾਕਿਸਤਾਨ ਚ ਜੇ ਤੁਸੀਂ ਜਾਣਾ ਹੈ ਉਹਨਾਂ ਦੇ ਨਿਯੁਤੇ ਚ ਜਾਣਾ ਹੈ ਸੈਂਟਰ ਗਵਰਨਮੈਂਟ ਨਾਲ ਗੱਲ ਕਰੋ ਸਟੇਟ ਗਵਰਨਮੈਂਟ ਨਾਲ ਗੱਲ ਕਰੋ ਜੇ ਹੁਣ ਮੈਂ ਪੰਜਾਬ ਜਾਂ ਹਿੰਦੁਸਤਾਨ ਦੇ ਵਿੱਚ ਰਹਿ ਕੇ ਤੇ ਮੈਂ ਗੱਲ ਕਰਾਂ ਬੰਗਲਾਦੇਸ਼ ਦੀ ਗੱਲ ਕਰਾਂ ਇਜ਼ਰਾਈਲ ਦੀ ਪੈਨ ਮੈਨੂੰ ਆਪਣੇ ਦੇਸ਼ ਚ ਦੇਖਣਾ ਪਏਗਾ ਵੀ ਮੇਰੇ ਦੇਸ਼ ਦੇ ਉਹ ਦੇਸ਼ ਨਾਲ ਕੀ ਹਾਲਾਤ ਨੇ ਮੈਂ ਬਾਗੀ ਤੇ ਨਹੀਂ ਹੋ ਸਕਦਾ ਨਾ ਮੈਂ ਇੱਥੇ ਜਨਮ ਲਿਆ ਇਹ ਧਰਤੀ ਚ ਮਰਨਾ ਜਾਨ ਸਿੱਧੂ ਸਾਹਿਬ ਕੋਣ ਮਨਾ ਕਰਦਾ ਹੈ ਜਾਨ ਨੂੰ ਨਿਯੁਤਾ ਸਵੀਕਾਰ ਕਰਨਾ ਨਿਯੁਤਾ ਨਹੀਂ ਸਵੀਕਾਰ ਕਰਨਾ ਇਹ ਉਹਨਾਂ ਦਾ ਕੰਮ ਹੈ ਪਰ ਜਿਹੜੇ ਲੋਕ ਬਾਰ-ਬਾਰ ਇਹ ਕਹਿੰਦੇ ਜੀ ਫਲਾਣੇ ਨੇ ਰਸਤਾ ਖੁਲਾਤਾ ਫਲਾਣੇ ਨੇ ਰਸਤਾ ਖੁਲਾਤਾ ਸੈਂਟਰ ਗਵਰਨਮੈਂਟ ਨੇ ਖੁਲਾਤਾ ਮੈਂ ਉਹ ਲੋਕਾਂ ਨੂੰ ਹੱਥ ਜੋੜ ਕੇ ਕਹਿਣਾ ਚਾਹੁੰਨਾ ਜੇ ਗੁਰੂ ਮਹਾਰਾਜ ਦੀ ਕਿਰਪਾ ਨਾ ਹੁੰਦੀ ਇੱਥੇ ਕੋਈ ਰਸਤਾ ਨਹੀਂ ਖੁੱਲ ਸਕਦਾ ਬੰਦਾ ਕੌਣ ਹੈ ਰਸਤਾ ਖੁਲਾਉਣ ਵਾਲਾ ਔਰ ਉਹਨਾਂ ਲੋਕਾਂ ਨੂੰ ਵੀ ਜੇ ਕਹਿਣਾ ਚਾਹਣਾ ਤੁਸੀਂ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਗੁਰੂ ਧੰਤਨ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਸਿਰ ਝੁਕਾਉਂਦੇ ਹੋ ਜਾਂ ਤੁਸੀਂ ਉਹ ਬੰਦੇ ਆਰੇ ਸਿਰ ਝੁਕਾਉਂਦੇ ਜਿਨ੍ਹਾਂ ਨੇ ਰਸਤਾ ਖੋਲਿਆ ਤਾਕਤ ਉਹਦੀ ਅਸੀਰਵਾੜ ਮਹਾਰਾਜ ਦਾ ਤੇ ਰਸਤਾ ਖੁੱਲ ਗਿਆ ਅਸੀਂ ਮੰਨਦੇ ਵੀ ਆ ਅਸੀਂ ਝਰਨਾ ਚ ਵੀ ਜਾਂਦੇ ਆ ਤੇ ਫਿਰ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੀ ਤਾਕਤ ਹੈ ਉਹਨਾਂ ਦੀ ਜਿਹੜੀ ਸ਼ਕਤੀ ਹੈ ਉਹਨਾਂ ਦੇ ਜਿਹੜੇ ਤਪ ਨੇ ਉਹਨਾਂ ਦੇ ਜਿਹੜੇ ਗਿਆਨ ਨੇ ਉਹਨਾਂ ਨੂੰ ਤਾਂ ਅਸੀਂ ਮੰਨਦੇ ਨਹੀਂ ਫੁਲਾਣੇ ਨੇ ਰੱਤਾ ਖੁਲਾਤਾ ਜਿਹੜਾ ਵੀ ਬੰਦਾ ਕਹਿੰਦਾ ਫੁਲਾਣੇ ਨੇ ਰੱਤਾ ਖੁਲਾਤਾ ਉਹ ਮੈਂ ਸਮਝਦਾ ਟੋਟਲ ਰਾਜਨੀਤੀ ਕਰ ਰਿਹਾ ਹੈ ਉਹ ਗੁਰੂ ਮਹਾਰਾਜ ਦਾ ਅਪਮਾਨ ਕਰ ਰਿਹਾ ਰੱਤਾ ਖੁਲਾਇਆ ਪੂਰੀ ਸੰਗਤ ਦੀ ਕਿਰਪਾ ਨਾਲ ਉਹਨਾਂ ਦੀਆਂ ਅਰਦਾਸਾਂ ਨਾਲ ਜਿਹੜੀਆਂ ਰੋਜ਼ ਸਾਡੀਆਂ ਅਰਦਾਸਾਂ ਦੇ ਵਿੱਚ ਮੈਨੂੰ ਇਹਨਾਂ ਗਿਆਨ ਨਹੀਂ ਮਾਫੀ ਦੇਣਾ ਕੋਈ ਗਲਤ ਜਿਹੜਾ ਵੀ ਬਿਠੜੇ ਗੁਰਦੁਆਰੇ ਵੀ ਸਾਡੇ ਵਿੱਚ ਡੁੱੜਨ ਇਹ ਅਰਦਾਸ ਦੇ ਵਿੱਚ ਜੋ ਸੁਣਨਾ ਮੈਂ ਹੈਗਾ ਕਿ ਉਹ ਅਰਦਾਸ ਗੁਰੂ ਮਹਾਰਾਜ ਨੇ ਸੁਣ ਲਈ ਸਾਡੀ ਤੇ ਅਸੀਂ ਚੱਲੇ ਆਂ ਰਸਤਾ ਕੋ ਬੰਦਾ ਹੀ ਬਣਦਾ ਨਾ ਗੁਰੂ ਮਹਾਰਾਜ ਨੇ ਰਸਤਾ ਬਣਾਤਾ ਵੀ ਆ ਵੀ ਕਰੋ ਚਲੋ ਆ ਜਾਓ ਮੇਰੇ ਚਰਨਾਂ 'ਚ ਆਹ ਗੱਲ ਹੈ ਰਾਜਨੀਤੀ ਨਾਲ ਕੋ ਕਰੇ ਮੈਂ ਤਾਂ ਸਿੱਧੀ ਗੱਲ ਕਹਿੰਦਾ ਜਿਹੜਾ ਰਾਜਨੀਤੀ ਕਰੂ ਇਹ ਲੋਕ ਸਮਝਦੇ ਨੇ ਜਨਤਾ ਸਮਝਦੇ ਜਿਹੜਾ ਵੀ ਪੋਲਿਟਿਕ ਫੇਰੇ ਤੇ ਕਰੇ ਉਹਦੀ ਹਾਜ਼ਰੀ ਗੁਰੂ ਮਹਾਰਾਜ ਜੀ ਕਿਰਪਾ ਮੈਨੂੰ ਇਨਾ ਪਤਾ ਵੀ ਹਾਜ਼ਰੀ ਉਹਦੀ ਲੱਗਣੀ ਨਹੀਂ ਹਾਜ਼ਰੀ ਲੱਗੇਗੀ ਤੇ ਆਮ ਸ਼ਰਧਾਲੂ ਦੀ ਲੱਗੇਗੀ ਜਿਹੜਾ ਕਿਸੇ ਪੋਲਿਟੀਕਲ ਪਾਰਟੀ ਕਿਸੇ ਧਰਮ ਦੀ ਕੋ ਗੱਲ ਨਹੀਂ ਉਹ ਆਪਣਾ ਸਿੱਧਾ ਗੁਰੂ ਮਹਾਰਾਜ ਨਾਲ ਜਿਹੜੀਆਂ ਤਾਰਾਂ ਜੁੜੀਆਂ ਨੇ ਵੀ ਮੈਂ ਉਹਨਾਂ ਨੂੰ ਮੰਨਦਾ ਮੈਂ ਤੁਹਾਡੇ ਚਰਨਾਂ 'ਚ ਆ ਤੁਹਾਨੂੰ ਤਾਂ ਮੰਨਣਾ ਕਿ ਨਵਜੋਤ ਸਿੰਘ ਸਿੱਧੂ ਸਹੀ ਜਿਹੜਾ ਵੀ ਜਾਣਾ ਚਾਹੁੰਦਾ ਆਮ ਸ਼ਰਧਾਲੂ ਬਣ ਕੇ ਜਾਵੇ ਕਿਸੇ ਖਾਸ ਨਿਯੁਕਤੇ ਦੇ ਤਹਿਤ ਨਾ ਜਾਵੇ ਮਤਲਬ ਇਹ ਦੇਖੋ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਤੁਸੀਂ ਵੀ ਬਾਰ-ਬਾਰ ਚੈਨਲਾਂ 'ਚ ਨਾ ਇਹੋ ਜਿਹੇ ਸਵਾਲ ਆਪਾਂ ਨਾ ਕਰੀਏ ਗੁਰੂ ਮਹਾਰਾਜ ਸਾਹਿਬ ਵੱਡੇ ਨੇ ਸਾਤੋਂ ਇਹਦੇ 'ਚ ਬੰਦਿਆਂ ਨੂੰ ਨਾ ਜੋੜੀਏ ਮੈਨੂੰ ਜੋੜੋ ਜਾਂ ਕੈਪਟਨ ਸਾਹਿਬ ਜਾਂ ਨਵਜੋਤ ਸਿੱਧੂ ਜਾਂ ਨਰਿੰਦਰ ਮੋਦੀ ਹਾਂ ਤਨਵਾਦੀਆਂ ਅਸੀਂ ਕੈਪਟਨ ਸਾਹਿਬ ਦੇ ਤਨਵਾਦੀਆਂ ਨਰਿੰਦਰ ਮੋਦੀ ਜੀ ਦੇ ਉਹਨਾਂ ਨੇ ਕੀਤਾ ਨਵਜੋਤ ਸਿੱਧੂ ਵੀ ਉੱਥੇ ਜਾ ਕੇ ਗੱਲ ਕੀਤੀ ਕੀਤਾ ਪਰ ਉਹਦੇ ਵਿੱਚ ਆਪਾਂ ਕਿਸੇ ਬੰਦੇ ਦੇ ਸ ਸਵਾਲ ਸਭ ਤੋਂ ਵੱਡਾ ਵੱਡਾ ਜਿਸ ਦਿਨ ਅਸੀਂ ਕਹਾਂਗੇ ਇਹ ਗੁਰੂ ਅਨੰਕ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਅਪਾਰ ਕਿਰਪਾ ਦੇ ਨਾਲ ਅਸੀਂ ਤੁਹਾਡੇ ਚਰਨਾਂ 'ਚ ਜਾ ਰਹੇ ਹਾਂ ਜਦੋਂ ਕਿਸੇ ਨੇ ਗੱਲ ਕਹਿ ਦਿੱਤੀ ਪੱਕੀ ਗਾਰੰਟੀ ਵੀ ਇਹ ਤਾਂ ਮੈਂ ਕੋਸ਼ਿਸ਼ ਕੀਤੀ ਸੀ ਸਮਝੋ ਉਹਦਾ ਥਾਰਾ ਜਿੰਨਾ ਵੀ ਸੀ ਰ অহੰਕਾਰ ਉੱਥੇ ਹੀ ਟੁੱਟ ਗਿਆ ਮੈਂ ਸਮਝਦਾ ਫਿਰ ਕੋਈ ਹਾਜ਼ਰੀ ਨਹੀਂ ਕੋਈ ਸ਼ਰਧਾਂਜਲੀ ਨਹੀਂ ਇਹ ਤਾਂ ਫਿਰ ਇਹ ਕਹਦੇ ਵੀ ਹੁਣ ਕੱਲ ਨੂੰ ਇਲੈਕਸ਼ਨਾਂ ਹੋਣਗੀਆਂ ਦੇਖੋ ਜੀ ਮੈਂ ਲਾਂਗਾ ਖਲਵਾਇਆ ਸੀ ਹੁਣ ਮੈਨੂੰ ਵੋਟਾ ਦਿਓ ਜਿਵੇਂ ਖੈਰਾ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਦਾ ਅਪਮਾਨ ਹੋਇਆ ਮੈਂ ਸੰਘਰਸ਼ ਕੀਤਾ ਬਠਿੰਡੇ ਤੋਂ ਇਲੈਕਸ਼ਨ ਲੜਦੀ ਮੁੜ ਕੇ ਜਮਾਨਤ ਜਬਤ ਹੋ ਗਈ ਇਹ ਕਰਮ ਨਾ ਕਰੋ ਤੁਸੀਂ ਦੇਖੋ ਨਾ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ ਠੀਕ ਹੈ ਰਾਜਨੀਤੀ ਕਰਨ ਲਈ ਥੱਲੇ ਸਿਰ ਦੇਵਾਲ ਨਹੀਂ ਪੱਗ ਉਤੋਂ ਮੰਨ ਲਈ ਤੇ ਖਟਾ ਪਟਕਾ ਪਾ ਲਿਆ ਤੇ ਚੱਲ ਪਏ ਸੰਘਰਸ਼ ਤੇ ਲੋਕੀ ਸਾਡੇ ਵਿਚਾਰੇ ਸਿੱਧੇ ਸਾਡੇ ਬੋਲੇ ਸੋਨਿਆ ਹਾਲ ਸਾਸੀ ਗੱਲ ਕਰਦੇ ਉਹਨਾਂ ਦੇ ਭਾਵਕ ਹੋ ਕੇ ਪਿੱਛੇ ਲੱਗ ਗਏ ਉਹਨੇ ਕਿਹਾ ਵੀ ਜਨਤਾ ਬੜੀ ਬਠਿੰਡੇ ਏਰੀਆ ਦੀ ਮੇਰੇ ਨਾਲ ਮਾਲਵਾ ਦੀ ਪੈਪਸੂਰੀ ਡੰਟਾ ਹੀ ਮੇਰੇ ਪਿੱਛੇ ਚੱਲ ਪਈ ਦੇਖੋ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਚੁੱਕੀ ਕੀ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਉਹਰੇ અપਮਾਨ ਦਾ ਤਾਂ ਜੇ ਰਿਜ਼ਲਟ ਮਿਲਿਆ ਨਹੀਂ ਵੀ ਕਿੰਨੂੰ ਸਜ਼ਾਵਾ ਕਿੰਨੂੰ ਨਹੀਂ ਹੋਣੀਆ ਚੁੱਕ ਕੇ ਇਲੈਕਸ਼ਨ ਲੜੀ ਜਮਾਨਤ ਜਬਦ ਹੋ ਗਈ ਇਹ ਕਰਮ ਕੋਈ ਨਾ ਕਰੇ ਜਿਹੜਾ ਵੀ ਇਹ ਕਰਮ ਕਰੇਗਾ ਯਾਦ ਰੱਖਿਓ ਉਹਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਾਫ਼ ਨਹੀਂ ਕਰਨਗੇ ਕੋਈ ਨਾ ਕਵੇ ਮੈਂ ਕੀਤਾ ਕਹੇ ਕਹੇ ਇਹ ਤਨ ਤਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤਾ ਤੇ ਸੰਗਤ ਦੀਆਂ ਅਰਦਾਸਾਂ ਵਿਛੜੇ ਗੁਰਦੁਆਰੇ ਸਾਡੇ ਨਾਲ ਜੁੜਨ ਆਮ ਸੰਗਤ ਦੀਆਂ ਅਰਦਾਸਾਂ ਨੇ ਕੀਤਾ ਅਸਲੀ ਹਾਜ਼ਰੀ ਉਹਦੀ ਲੱਗੂਗੀ ਜਿਹੜਾ ਬਗੈਰ ਰਾਜਨੀਤੀ ਤੋਂ ਲੰਗੇ ਪੈਰ ਜਾਊ ਉਹ ਹੀ ਆਇਆ ਬਿਲਕੁਲ ਲਾਂਗਾ ਖੁੱਲਣ ਜਾ ਰਿਹਾ ਪਰ ਕੈਪਟਨ ਮਿੰਦਰ ਸਿੰਘ ਵੱਲੋਂ ਸ਼ੰਕਾ ਜ਼ਾਹਿਰ ਕੀਤੀ ਗਈ ਹੈ ਕਿ ਇਹਦੇ ਵਿੱਚ ਆਈਐਸਆਈ ਦਾ ਮਸੂਬੇ ਹੋ ਸਕਦੇ ਆ ਕਿਉਂਕਿ ਅਗਲੇ ਸਾਲ ਰੈਫਰੈਂਡਮ 2020 ਵੀ ਆ ਰਿਹਾ ਸਿੱਖਾਂ ਦੀ ਸਹਾਨੂੰ ਬੁਤੀ ਲੈਣ ਵਾਸਤੇ ਮੈਂ ਅੱਗੇ ਵੀ ਤੁਹਾਡੇ ਚੈਨਲ 'ਚ ਕਿਹਾ ਸੀ ਬੜੀ ਸੋਹਣੀ ਤੁਸੀਂ ਕਿਹੜਾ 2020 ਵਾਹ 2020 ਪੰਨੂ ਦੀ ਗੱਲ ਕਰਦੇ ਹੋ ਬਾਰ-ਬਾਰ ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀ ਸਿਰ ਤੇ ਉਹਨੇ ਵਾਲ ਨਹੀਂ ਤੇ ਗੱਲਾਂ ਕਰਦਾ ਸਿੱਖੀਆਂ ਉਹ ਤਾਂ ਪਾਕਿਸਤਾਨ ਦਾ ਏਜੰਟ ਹੈ ਉਹ ਤਾਂ ਹਿੰਦੁਸਤਾਨ ਤੋਂ ਥਰੂ ਇਧਰੋਂ ਉਧਰੋਂ ਬੰਦੇ ਜਾਂਦੇ ਉਹਦੇ ਪੈਸੇ ਲੈਂਦਾ ਵਕੀਲ ਹੈ ਉਹ ਤਾਂ ਉਹ ਪੈਸੇ ਬਣਾਉਂਦਾ ਧੰਦਾ ਉਹ ਤਾਂ ਸਾਡਾ ਬੰਦਾ ਹੀ ਨਹੀਂ ਹੈ ਦੋਸਤ ਆਂਦਾ ਉਹਦਾ ਪਾਕਿਸਤਾਨ ਦਾ ਏਜੰਟ ਹੈ ਪਾਕਿਸਤਾਨ ਤੋਂ ਉਹਨੂੰ ਪੈਸਾ ਆਉਂਦਾ ਔਰ ਜਿਹੜੀ ਮੈਂ ਫੇਰ ਕਹਣਾ ਜਿਹੜੀ ਹਾਰਡ ਕੋਰ ਲੜਕੀ ਔਰੇ ਨਾਲ ਖੜੀ ਹੈ ਉਹ ਤਾਂ ਉਹ ਸਾਡੇ ਸਿੱਖ ਕੌਮ ਦੇ ਉੱਤੇ ਸਾਨੇ ਉਹਨੇ ਕਲੰਕ ਲਾਤਾ ਹੈ ਨਸ਼ਾ ਕਰਦੀ ਆ ਡਰੱਗ ਕਰਦੀ ਆ ਪਤਾ ਨਹੀਂ ਹੋ ਰਹੀਆਂ ਕੀ ਕੀ ਤਸਵੀਰਾਂ ਮੈਂ ਤੁਹਾਨੂੰ ਦੱਸਾਂ ਹੋਰੀਆਂ ਕਿਤੇ YouTube ਤੋਂ ਕੱਢ ਕੇ ਦੇਖੋ ਔਰੇ ਨਾਲ ਦੋ ਸਿੰਘ ਖੜੇ ਨੇ ਕਿੱਡੀਆਂ ਸੋਹਣੀਆਂ ਸਿਰ ਤੇ ਦਸਤਾਰਾਂ ਬਣੀਆਂ ਨੇ ਏਡੀਆਂ ਸੋਹਣੀਆਂ ਦਸਤਾਰਾਂ ਨੇ ਸਜਣੀਆਂ ਨੇ ਵੀ ਇਹ ਸਿੰਘ ਖੜੇ ਨੇ ਤੇ ਉਹਨਾਂ ਨੂੰ ਸਿੰਘਾਂ ਨੂੰ ਪੁੱਛਣਾ ਚਾਹਨਾ ਗੁਰੂ ਮਹਾਰਾਜ ਦੇ ਵੀਰੋ ਵੀ ਤੁਸੀਂ ਖੜੇ ਕਿਹੜੀ ਔਰਤ ਨਾਲ ਹੈ ਕੀ ਕਹਿੰਦੇ ਹੋ ਤੁਸੀਂ ਉਹ ਜਵਾਬ ਕੀ ਦਿੰਦੇ ਪਤਾ ਔਰ YouTube ਤੋਂ ਕੱਢੋ ਤੁਸੀਂ ਔਰੀ ਕੋਈ ਹਾਰਡ ਕੋਰ ਦੀ ਆਵਾਜ਼ ਬੰਦ ਕਰ ਦਿੱਤੀ ਅਸੀਂ ਤੁਹਾਨੂੰ ਦੇਖਾਂਗੇ ਅਰੇ ਆਵਾਜ਼ ਕਿਹੜੀ ਗੰਦ ਬੰਦ ਕੀਤੀ ਉਹ ਤਾਂ ਗੰਦੇ ਗਾਣੇ ਬੋਲਦੀ ਹੈ ਸਾਡੀ ਨੌਜਵਾਨ ਜਨਰੇਸ਼ਨ ਨੂੰ ਗਲਤ ਰਸਤੇ ਤੇ ਪਾਉਂਦੀ ਹੈ ਉਹ ਸਾਡੇ ਸਿੱਖ ਕੌਮ ਦੀ ਲੜਕੀ ਹੋ ਹੀ ਨਹੀਂ ਸਕਦੀ ਤੁਸੀਂ ਔਰ ਇਹਨਾਂ ਖੜੇ ਹੋ ਕੇ ਤੁਸੀਂ ਸਿੱਖ ਕੌਮ ਦਾ ਅਪਮਾਨ ਕੀਤਾ ਉਹਨੇ ਨਾ ਪੰਨੂ ਖੜਾ ਹੈ ਉਹਨੂੰ ਪੰਨੂ ਵਰਗਾ ਬੰਦਾ ਅਗਰ ਹਾਰਡ ਕੋਰ ਨਾ ਖੜਜੋ ਕਰ ਪੰਨੂ ਆ ਮੇਰੀ ਕਰਾਉਣਾ ਬੈਸ ਆਪਣੇ ਚੱਲਣ ਤੇ ਬੁਲਾ ਲੋ ਲਿਆਓ ਪੰਨੂ ਨੂੰ ਅੰਦਰ ਮੈਂਨੇ ਦੱਸਾ ਚਨੇ ਚਵਾਵਾ ਪੰਨੂ ਦੇ ਹੈ ਕੀ ਚੀਜ਼ ਆ ਪੰਨੂ 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 2020 2020 ਕਿਹੜਾ 2020 ਹਿੰਦੁਸਤਾਨ ਹੈ ਅੱਜ ਦਾ ਹਿੰਦੁਸਤਾਨ ਕੱਲ ਦਾ ਹਿੰਦੁਸਤਾਨ ਨਹੀਂ ਹੈ ਇਹ ਆਵੇ ਇੱਥੇ ਹਿੰਮਤ ਉੱਥੇ ਪਾਕਿਸਤਾਨ ਕੀ ਕਰਦਾ ਸਾਡੇ ਦੁਸ਼ਮਣ ਆਵੇ ਨਾ ਹਿੰਦੁਸਤਾਨ ਚ ਆ ਆ ਹਿੰਦੁਸਤਾਨ ਚ ਤੈਨੂੰ ਸਵਾਰ ਦੱਸਦੇ ਜਦ ਸਰ ਹੱਦ ਕਰਨਾ ਕਿਹੜੀ ਸਰ ਹੱਦ ਤੇ ਤੂੰ ਆਉਣਾ ਹੈ ਪਾਕਿਸਤਾਨ ਸਾਡਾ ਹੱਥ ਤੇਰ ਨਾਲ ਬਹਿਸ ਕਰ ਲੈਨੇ ਐਵੇਂ ਡਰੀ ਜਾਣਾ 20 ਕੋਈ 20 20 ਲਾਸਟ ਕੁਸਚਨ ਆਈਐਸਆਈ ਨੂੰ ਲੈ ਕੇ ਕਾਫੀ ਚਿੰਤਾ ਜਤਾਈ ਜਾ ਰਹੀ ਹੈ ਕਿ ਲਾਂਗੇ ਜਿਹੜੇ ਲੋਕ ਜਾਉਂਗੇ ਉੱਥੇ ਕੋਈ ਨਾ ਕੁਝ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਦੇਖੋ ਇੱਕ ਗੱਲ ਸੁਣੋ ਇਸ ਵੇਲੇ ਸੱਚੇ ਪਾਤਸ਼ਾਹ ਦਾ ਤਿਹਾੜਾ ਗੁਰੂ ਮਹਾਰਾਜ ਦਾ ਆਪਾਂ ਨੂੰ ਇਹੋ ਜਿਹਾ ਟੌਪਿਕ ਤੇ ਕਿਸੇ ਨੂੰ ਕੋਈ ਚਰਚਾ ਨਹੀਂ ਕਰਨੀ ਚਾਹੀਦੀ ਕੋਈ ਹੋਵੇ ਕੈਪਟਨ ਸਾਹਿਬ ਹੋਣ ਜਾਂ ਮੋਦੀ ਸਾਹਿਬ ਹੋਣ ਜਮ੍ਹਾਂ ਹੋਗਾ ਇਹ ਗੱਲ ਸਾਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਮੇਰਾ ਮੇਰਾ ਮੰਨ ਹੈ ਅਸੀਂ ਜਿਹੜਾ ਕੰਮ ਕਰਨਾ ਹੈ ਸੁਰੱਖਿਆ ਵਿਵਸਥਾ ਦਾ ਅਗਰ ਐਹੋ ਜਿਹੇ ਕੋ ਹਾਲਾਤ ਹੁੰਦੇ ਨੇ ਅਸੀਂ ਆਪਣੀ ਸਰਕਾਰ ਦੀਆਂ ਪਾਲਿਸੀਆਂ ਹੋਮ ਮਿਨਿਸਟਰੀ ਹੈ ਏਜੰਸੀਜ਼ ਹੈ ਪੁਲਿਸ ਹੈ ਅਸੀਂ ਉਹਨਾਂ ਦੀ ਡਿਊਟੀ ਲਈ ਹੈ ਵੀ ਇਹਦੇ ਤੇ ਨਿਗਰ ਰੱਖੋ ਲੋਕਾਂ 'ਚ ਡਰ ਪੈਣਾ ਨਾ ਕਰੀਏ ਮੇਰਾ ਤਾਂ ਇਹ ਵਿਚਾਰ ਨਹੀਂ ਤੇ ਮੈਂ ਮੈਂ ਤਾਂ ਖੁੱਲਾ ਇਸ ਅਤਵਾਦ ਦੇ ਮੁੱਦੇ ਤੇ ਪਰ ਉਹਨ ਇੱਕ ਪਾਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਛਾ ਆਜਨ ਤੇ ਉੱਥੇ ਬਿੱਟੇ ਦੀ ਕੀ ਔਕਾਤ ਐ ਅਸੀਂ ਤਾਂ ਇਸ ਉਹਨਾਂ ਦੀ ਮਿੱਟੀ ਵਰਗੇ ਵੀ ਨਹੀਂ ਅਸੀਂ ਤਾਂ ਅਸੀਂ ਤਾਂ ਰੁਲਦੇ ਫਿਰਦੇ ਆ ਸਾਡੀਆਂ ਦਾ ਪੱਗਾ ਕਰਕੇ ਸਾਡੀ ਇੱਜ਼ਤ ਐ ਸਾਡੇ ਪੱਲੇ ਕੀ ਵੇਖਿਆ ਜਾਵੇ ਪਾਕਿਸਤਾਨ ਦੀ ਨੀਅਤ ਉੱਤੇ ਸ਼ੱਕ ਮੈਂ ਕਹਾਂ ਕੀ ਉਹਦੀ ਨੀਅਤ ਪਾਕਿਸਤਾਨ ਹੈ ਕੀ ਚੀਜ਼ ਐ ਹੁਣ ਆਪਾਂ ਕਿਉਂ ਐਵੇਂ ਹਉਆ ਬਣਾਉਨੇ ਆ ਪਾਕਿਸਤਾਨ ਐ ਕਰ ਦੂ ਇਹਨਾਂ ਦੀ ਸਾਲਿਆ ਦੀ ਕਿਹੜੀ ਹਿੰਮਤ ਐ ਸਾਡੇ ਤੇ ਹਥਿਆ ਕਰਨੇ ਦੀ ਹਿੰਮਤ ਐ ਅੱਗੇ ਇਹਨਾਂ ਨੇ ਚਣੇ ਨਹੀਂ ਚਬਾਏ ਨਰਿੰਦਰ ਮੋਦੀ ਨੇ ਬੱਤਾ ਦੱਸੋ ਚਣੇ ਨਹੀਂ ਚਬਾਏ ਕੈਪਟਨ ਅਮਰਿੰਦਰ ਸਿੰਘ ਨੇ ਰਾਏ ਨਹੀਂ ਪਾਇਆ ਇਹਨਾਂ ਨੂੰ ਜਦੋਂ ਸਰਜਰੀਕਲ ਆਪਰੇਸ਼ਨ ਹੋਇਆ ਜਦੋਂ ਗੱਲਾਂ ਕਰਦੇ ਸੀ 2020 ਉਹਨੇ ਪਾਇਆ ਹੀ ਨਹੀਂ ਹੋਰ ਮੇਰੇ ਕੈਪਟਨ ਸਾਹਿਬ ਨਾਲ ਮੈਂ ਕਦੀ ਮਿਲਿਆ ਨਹੀਂ ਪਰ ਉਹਨਾਂ ਨੇ ਰਾਏ ਪਾਇਆ ਖੁੱਲ ਕੇ ਗੱਲ ਕਰਦੇ ਨੇ ਅਸੀਂ ਕਲਪੋ ਵਿਚਾਰ ਅਲੱਗ-ਅਲੱਗ ਕਈ ਗੱਲਾਂ ਤੇ ਹੋ ਸਕਦੇ ਨੇ ਖੁੱਲ ਕੇ ਕੈਪਟਨ ਸਾਹਿਬ ਨੇ ਜਵਾਬ ਦਿੱਤਾ ਮੋਦੀ ਸਾਹਿਬ ਨੇ ਜਵਾਬ ਦਿੱਤਾ ਪਾਕਿਸਤਾਨ 2020 ਅਰੇਨਾ ਸਾਡਾ ਹੁਣ ਕੋਈ ਇੰਨਾ ਨਹੀਂ ਹੈ ਸਾਡੇ ਨਾਲ ਕੋ ਮਾੜਾ ਵਰਤਾਓ ਕਰੇਗਾ ਸਾਡੇ ਦੇਸ਼ ਨਾਲ ਵਰਤਾਓ ਕਰੇਗਾ ਅਸੀਂ ਜਵਾਬ ਦੇਣ ਨੂੰ ਤਿਆਰ ਬੈਠੇ ਪਰ ਇੱਕ ਗੱਲ ਮੈਂ ਸਪਸ਼ਟ ਕਰਨੀ ਚਾਹੁੰਦਾ ਸਪਸ਼ਟ ਤੁਹਾਡੀਆਂ ਗੱਲਾਂ ਦਾ ਇੱਕ ਨਿਚ ਸਰਕਾਰ ਬਾਅਦ ਚ ਸਭ ਤੋਂ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਹੱਥ ਜੋੜ ਕੇ ਕਿ ਜਥੇਦਾਰ ਸਾਹਿਬ ਅਕਾਲ ਤਖਤ ਸਾਡਾ ਬੜਾ ਪਵਿੱਤਰ ਹੈ ਇਹ ਜਿਹੜਾ ਰਸਤਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਲੰਗਾ ਖੁੜਿਆ ਗੁਰੂ ਮਹਾਰਾਜ ਨਾਨਕ ਤੇਜ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਆਮ ਸੰਗਤ ਨੂੰ ਲੰਗਾ ਮਿੜਿਆ ਆਮ ਸੰਗਤ ਜਿਨ੍ਹਾਂ ਦਾ ਧਰਮ ਦੇ ਠੇਕੇਦਾਰਾਂ ਨਾਲ ਦੇਸ਼ ਦੀ ਗੰਦੀ ਰਾਜਨੀਤੀ ਨਾਲ ਪੰਜਾਬ ਦੀ ਰਾਜਨੀਤੀ ਨਾਲ ਕੋਈ ਤੱਲਕ ਨਹੀਂ ਉਹਨਾਂ ਦੇ ਰਸਤੇ ਦੇ ਵਿੱਚ ਵਿਗੜਨ ਪਾਉਣ ਲਈ ਦੁਨੀਆ ਤੋਂ ਦੇਖੋ ਲੋਕ ਇੱਥੇ ਮੱਥਾ ਟੇਕਣ ਆਉਣਗੇ ਉਹਨਾਂ ਦੇ ਰਸਤੇ ਆ ਜਿ ਵਿਗੜਨ ਪਾਉਣ ਲਈ ਪੰਜਾਬ ਦੇ ਜਿਹੜੇ ਵੀ ਲੋਕ ਜਿਹੜੇ ਪੰਨੂ ਪੰਨੂ ਕਰਨ ਸਾਡੀ ਕੋ ਜਿੰਮੇਵਾਰੀ ਨੇ ਉਹਨੂੰ ਦੇਖ ਲੇਗਾ ਆਪਾਂ ਦੇਖ ਲਵਾਂਗੇ ਉਹਨੂੰ ਪੰਜਾਬ ਤੋਂ ਅਗਰ ਲੋਕ ਉਹਨਾਂ ਦੇ ਰਸਤਿਆਂ ਤੇ ਲੰਘਾ ਰੋੜਕ ਬਣਾਉਣ ਲਈ ਉੱਥੋਂ ਦੇ ਲੋਕਾਂ ਨਾਲ ਮਿਲ ਕੇ ਆਪਣੇ ਮੁਲਕ ਨਾਲ ਜਾਂ ਪੰਜਾਬ ਨਾਲ ਗਦਾਰੀ ਕਰਨ 20 30 40 50 100 ਆਦਮੀ ਤੇ ਉਹਦਾ ਫਿਰ ਹੁਕਮਨਾਮਾ ਤੁਹਾਨੂੰ ਜਾਰੀ ਕਰਨਾ ਚਾਹੀਦਾ ਹੈ ਕਿਉਂਕਿ ਇਹ ਉਹ ਬੰਦਿਆਂ ਨੇ ਤਾਂ ਧਰਮ ਦੇ ਨਾਂ ਤੇ ਰਾਜਨੀਤੀ ਕਰਨੀ ਹੈ ਤੇ ਜਿਹੜੀ ਗੁਰੂ ਮਹਾਰਾਜ ਜੀ ਸਿੱਖ ਸੰਗਤ ਆ ਉਹ ਰਾਜਨੀਤੀ ਨਾਲ ਕੋਈ ਤਲਕ ਨਹੀਂ ਧਰਮ ਦੇ ਠੇਕੇਦਾਰਾਂ ਨਾਲ ਕੋਈ ਤਲਕ ਨਹੀਂ ਉਹਨਾਂ ਨੇ ਸਿਰਫ ਗੁਰੂ ਮਹਾਰਾਜ ਜੀ ਜਾ ਕੇ ਸਿਰੇ ਸਿਰੇ ਜਿਵੇਂ ਹਰਮੰਦਰ ਸਾਹਿਬ ਲੋਕੀ ਪੈਦਲ ਜਾਂਦੇ ਨੇ ਆਪਣੇ ਗੁਰਦੁਆਰਾ ਸਾਹਿਬ ਰਕਾਬगंज ਸਾਹਿਬ ਬੰਗਲਾ ਸਾਹਿਬ ਪੈਦਲ ਜਾਂਦੇ ਨੇ ਮਾਵਾ ਪੈਣਾ ਬੇਟੀਆਂ ਸਾਰੀਆਂ ਜਾਂਦੀਆਂ ਨੇ ਉਹਨਾਂ ਦੇ ਰਸਤੇ 'ਚ ਅਗਰ ਕੋਈ ਰੁਕਾਵਟ ਬਣ ਲਈ ਇਹ 10-1500 ਲੋਕ ਸਿੱਖ ਕੌਮ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਰਸਤੇ 'ਚ ਰੂੜਾ ਬਣਦੇ ਨੇ ਕੱਲ ਨੂੰ ਕਰਤਾਰਪੁਰ ਸਾਹਿਬ ਦਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਖੁੱਲਿਆ ਹੋਇਆ ਜਿਹੜਾ ਲੰਗ ਹੈ ਉਹਦੇ 'ਚ ਕੋਈ ਦਿੱਕਤ ਆਉਂਦੀ ਆ ਉਹਦੇ 'ਚ ਕੋਈ ਨੁਕਸਾਨ ਹੁੰਦਾ ਤੇ ਉਹਨਾਂ ਬੰਦਿਆਂ ਨੂੰ ਸਜ਼ਾਵਾਂ ਦੇਣ ਸਰਕਾਰ ਬਾਅਦ 'ਚ ਸਟੇਟ ਗਵਰਨਮੈਂਟ ਬਾਅਦ ਚ ਪਹਿਲਾ ਅਕਾਲ ਤਖਤ ਸਾਹਿਬ ਤੇ ਪੂਰੀ ਸਿੱਖ ਸੰਗਤ ਇਹ ਆਵਾਜ਼ ਉਠਾਵੇ ਸਾਡੇ ਰਸਤੇ ਰਸਤੇ ਦੇ ਵਿੱਚ ਜੇ ਕੋਈ ਰੋੜਾ ਬਣਨ ਦੀ ਆਪਣੀ ਧਰਮ ਦੀ ਰਾਜਨੀਤੀ ਪਾਕਿਸਤਾਨ ਦੇ ਨਾਲ ਮਿਲ ਕੇ ਹਿੰਦੁਸਤਾਨ ਨਾ ਗਦਾਰੀ ਕਰਨ ਦੀ ਕੋਸ਼ਿਸ਼ ਕਰੇਗਾ ਉਹਨੂੰ ਸਿੱਖ ਸੰਗਤ ਸਦਾ ਦਵੇਗੀ ਕਿਉਂਕਿ ਉਹਨਾਂ ਦੇ ਰਸਤੇ ਦੇ ਲੋਕ ਰੋੜਾ ਬਣ ਸਕਦੇ ਨਹੀਂ ਜੀ ਮੈਂ ਗੁਲਾਸੀ ਮਨਿੰਦਰ ਜੈ ਸਿੰਘ ਬਿਟਾ ਜਿਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਜੋ ਲਾਂਗਾ ਖੋਲਿਆ ਇੱਕ ਗੁਰੂ ਨਾਨਕ ਦੇਵ ਜੀ ਦੀ ਜੋ ਕਿਰਪਾ ਹੋਈ ਹੈ ਉਹਦੇ ਨੇ ਕਾਕੇ ਖੋਲੇ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਪ੍ਰਯਾਸਾਂ ਦਾ ਇਹ ਨਤੀਜਾ ਨਹੀਂ ਹੈ ਕਹਾਂ ਮੈਂ ਰੋਹਿਤ ਦੇ ਨਾਲ ਬਵੇਕਾ ਦੈਨਿਕ ਸਵੇਰਾ ਟੀਵੀ